ਹਾਂਜੀ ਜੀ ਐਨੂ ਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਤਰੀਕ ਦੇ ਵਿੱਚ ਜੀ ਇੱਕ ਮੁਕਾਬਲਾ ਰਜਿਸਟ੍ਰੇਸ਼ਨ ਕਰ ਸਕਦੇ ਹੋ ਤੁਹਾਡੇ ਕੋਲੇ ਆਖਰੀ ਤਰੀਕ ਅੱਜ ਦੀ ਆਨਲਾਈਨ ਹੋਊਗਾ ਜਿਹੜਾ ਕਿ ਰਾਸ਼ਟਰਪੱਤਰੀ ਸਿੱਖ ਰਵਾਇਤੀ ਪਹਿਰਾਵਾ ਪ੍ਰਦਰਸ਼ਨੀਆਂ ਇਹਦੇ ਵਿੱਚ ਅੰਤਰ ਸਕੂਲ ਤੇ ਅੰਤਰ ਕਾਲਜ ਮੁਕਾਬਲਾ ਸਕੂਲਾਂ ਵਾਲੇ ਬੱਚੇ ਵੀ ਦਾ ਹਿੱਸਾ ਲੈ ਸਕਦੇ ਨੇ ਤੇ ਕਾਲਜ ਵਾਲੇ ਵੀ ਰਜਿਸਟ੍ਰੇਸ਼ਨ ਲਿੰਕ ਜਿਹੜਾ ਦਿੱਤਾ ਗਿਆ ਜੀ ਉਹ ਤੁਹਾਨੂੰ ਮਿਲ ਜਾਊਗਾ ਆਪਣੇ ਪਹਿਲੇ ਕਮੈਂਟ ਦੇ ਵਿੱਚ ਤੁਸੀਂ ਉੱਥੋਂ ਕਲਿੱਕ ਕਰਕੇ ਰਜਿਸਟ੍ਰੇਸ਼ਨ ਕਰ ਸਕਦੇ ਹੋ ਅੱਜ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਆ ਜਲਦੀ ਤੋਂ ਜਲਦੀ ਤੇ ਜਿਹੜੇ ਵੀ ਤੁਹਾਨੂੰ ਵਿਦਿਆਰਥੀ ਲੱਗਦੇ ਆ ਜਾਂ ਤੁਹਾਡੇ ਦੋਸਤ ਮਿੱਤਰ ਆਪਣੇ ਵਾਲੇ ਦੁਆਲੇ ਜਾਂ ਜਿਹੜੇ ਵੀ ਬੱਚੇ ਹੈਗੇ ਨੇ ਜਿਹੜੇ ਕਿ ਸਿੱਖ ਰਵੈਤੀ ਪਹਿਰਾਵੇ ਦੇ ਮੁਤਾਬਕ ਦੇ ਵਿੱਚ ਹਿੱਸਾ ਲੈ ਸਕਦੇ ਨੇ ਉਹ ਜ਼ਰੂਰ ਰਜਿਸਟ੍ਰੇਸ਼ਨ ਕਰ ਦਿਓ ਅੱਜ ਅੱਜ ਰਜਿਸਟ੍ਰੇਸ਼ਨ ਆਖਰੀ ਮਿਤੀ ਆ ਉਹ ਤੁਹਾਨੂੰ ਲਿੰਕ ਆਪਾਂ ਹੇਠਾਂ ਦੇ ਦੇ ਦਿਆਂਗੇ ਬਾਕੀ ਇਹਦੇ ਨਿਯਮ ਕੀ ਆ ਜਾਂ ਇਹਦੇ ਵਿੱਚ ਇਨਾਮ ਤੇ ਕੀ ਇਹਦੇ ਵਿੱਚ ਸਰਟੀਫਿਕੇਟ ਤਾਂ ਮਿਲੇਗਾ ਹੀ ਮਿਲੇਗਾ ਨਿਯਮ ਕੀ ਨੇ ਤੇ ਨਿਯਮਾਂ ਵਾਰੇ ਵਕਤ ਉਹ ਤੁਹਾਨੂੰ ਆਪਣੇ ਆਪ ਜਾਣਕਾਰੀ ਮਿਲ ਵੀ ਜਾਵੇਗੀ ਵੈਸੇ ਤੇ ਹਾਂ ਇੱਕ ਇਹਨਾਂ ਕੁ ਲਾਜ਼ਮੀਆਂ ਜ਼ਰੂਰ ਕੇ ਦੇ ਵਿੱਚ ਜਿਹੜੇ ਵੀ ਇਨਾਮ ਦਿੱਤੇ ਜਾਣਗੇ ਜਿਵੇਂ ਕਾਲਜ ਦੇ ਵਿੱਚ ਜਿਹੜੇ ਵਿਦਿਆਰਥੀਆਂ ਨੇ ਪਹਿਲਾ ਦੂਜਾ ਤੇ ਤੀਜਾ ਸਥਾਨ ਆ ਜਿਹਦੇ ਵਿੱਚ 3100 2100 ਤੇ 500 ਰੁਪਏ ਦਾ ਇਨਾਮ ਆ ਸਕੂਲਾਂ ਵਾਲੇ ਬੱਚਿਆਂ ਲਈ 2100 1100 ਤੇ 500 ਰੁਪਏ ਦਾ ਇਨਾਮ ਆ ਪਹਿਲਾ ਦੂਜਾ ਤੀਜਾ ਸਰਟੀਫਿਕੇਟ ਸਾਰਿਆਂ ਨੂੰ ਦਿੱਤੇ ਜਾਣਗੇ ਜਿਹੜੇ ਰਜਿਸਟ੍ਰੇਸ਼ਨ ਕਰਨਗੇ ਅੱਜ ਰਜਿਸਟ੍ਰੇਸ਼ਨ ਕਰਨਗੇ ਉਸੇ ਈਮੇਲ ਆਈਡੀ ਤੇ ਸਰਟੀਫିକੇਟ ਮਿਲੇਗਾ ਤੇ ਉਹ ਇੱਕ ਮਹੀਨੇ ਦੇ ਬਾਅਦ ਵਾਧ ਦਿੱਤਾ ਜਾਵੇਗਾ ਬਾਕੀ ਉਹਨਾਂ ਦੀ ਜਜਮੈਂਟ ਕਿਵੇਂ ਆ ਕਿਹੜੇ ਕਿਹੜੇ ਰਾਉਂਡ ਹੋਣਗੇ ਅਲੱਗ-ਅਲੱਗ ਤਰ੍ਹਾਂ ਦੇ ਤੇ ਆਖਰੀ ਮਿਤੀ 22 ਅਕਤੂਬਰ ਆ ਜੀ ਤੇ ਪਹਿਲੇ ਰਾਉਂਡ ਦੇ ਲਈ ਜਿਹੜੀ ਵੀਡੀਓ ਭੇਜਣੀ ਹੋ 27 ਅਕਤੂਬਰ ਦਾ ਤਾਰੀਖ ਦਿੱਤੀ ਗਈ ਉਹਨਾਂ ਵੱਲੋਂ ਉਹ ਕੀ ਨਿਯਮ ਨੇ ਕੀ ਸ਼ਰਤਾਂ ਨੇ ਉਹ ਸਾਰੀ ਨਹੀਂ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਵੱਧ ਤੋਂ ਵੱਧ ਵੀਡੀਓ ਨੂੰ ਸਾਂਝੀ ਕਰ ਦਿਓ ਤੇ ਉਹ ਲਿੰਕ ਆਪਣੇ ਹੇਠਾਂ ਦਿੱਤਾ ਹੋਇਆ ਪਹਿਲੇ ਕਮੈਂਟ ਵਿੱਚ ਮਿਲ ਜਾਣਾ ਜਿੱਥੋਂ ਤੁਸੀਂ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹੋ ਤੇ ਆਨਲਾਈਨਾਂ ਤੇ ਵੀਡੀਓ ਹੀ ਬਣਾ ਕੇ ਭੇਜਣੀਆਂ ਮਤਲਬ ਇਹਨੇ ਕਿੰਨੇ ਕਿ ਵੀਡੀਓ ਨੇ ਜਿਵੇਂ ਪਹਿਲੇ ਰਾਉਂਡ ਦੇ ਵਿੱਚ 30 ਤੋਂ 50 ਸਕਿੰਟ ਦੀ ਵੀਡੀਓ ਭੇਜਣੀਆਂ ਤੇ ਪਹਿਰਾਵਾ ਹੀ ਦਿਖਾਉਣਾ ਉਹਦੇ ਵਿੱਚ ਸਿੱਖੀ ਨਾਲ ਸੰਬੰਧਿਤ ਜਿਹੜਾ ਰਵਾਇਤੀ ਪਹਿਰਾਵਾ ਸਾਡਾ ਫਿਰ ਉਹ ਅਗਲੇ ਰਾਉਂਡ ਦੇ ਵਿੱਚ ਕਿਸ ਤਰੀਕੇ ਦੇ ਨਿਯਮ ਜਾਂ ਜੋ ਵੀ ਆ ਬਾਕੀ WhatsApp ਦੇ ਰਾਹੀਂ ਤੁਸੀਂ ਉਹਨਾਂ ਨਾਲ ਜੁੜ ਜਾਵੋਗੇ ਇੱਕ ਵਾਰੀ ਜਦੋਂ ਤੁਹਾਡੀ ਰਜਿਸਟ੍ਰੇਸ਼ਨ ਹੋ ਗਈ ਤੇ ਬਾਕੀ ਜੇ ਕੋਈ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰਨਾ ਤਾਂ ਤੁਹਾਨੂੰ ਆਪਾਂ ਉਹ ਵੀ ਦੇ ਦੇਵਾਂਗੇ ਕਿ ਉਹਨਾਂ ਦਾ ਕਿਸ ਨੰਬਰ ਤੇ ਜਾਂ ਸੰਪਰਕ ਕੀਤਾ ਜਾ ਸਕਦਾ ਉਹ ਨੰਬਰ ਸੰਪਰਕ ਨੰਬਰ ਤੁਹਾਨੂੰ ਦੇ ਦੇਵਾਂਗੇ ਤੇ ਈਮੇਲ ਆਈਡੀ ਵਗੈਰਾ ਉਹ ਸਾਰੀ ਵਿਸਾਰੀ ਤੁਹਾਨੂੰ ਸ਼ੋ ਹੋ ਸਕਦੀ ਹੈ ਤੇ ਵੀਡੀਓ ਬਦੋ ਬਦ ਸਾਂਝੀ ਕਰ ਦਿਓ ਤੇ ਜਰੂਰ ਇਹਦੇ ਵਿੱਚ ਹਿੱਸਾ ਲੈਣਾ ਬਣਦਾ ਸਿੱਖ ਰਵਾਈਤੀ ਪਹਿਰਾਵੇ ਦੇ ਨਾਲ ਸੰਬੰਧਿਤ ਸਕੂਲ ਤੇ ਕਾਲਜ ਵਾਲੇ ਵਿਦਿਆਰਥੀਆਂ ਲਈ ਹੈ ਤੇ ਇਹ ਵੀਡੀਓ ਇੱਥੇ ਹੀ ਸਮਾਪਤ ਕਰਦੀਆਂ ਮਨ 'ਚ ਕੋਈ ਸਵਾਲ ਹੋਇਆ ਤਾਂ ਜਰੂਰ ਤੁਸੀਂ ਕਮੈਂਟ ਕਰ ਸਕਦੇ ਹੋ